ਗੱਲਬਾਤ ਮੈਂ ਆਪਣੀ ਜ਼ਮੀਨ 'ਚ ਝੋਨਾ ਵੱਢਣ ਗਿਆ ਵਾਂ ਅਤੇ ਇਹਨਾਂ ਬੰਦਿਆਂ ਨੇ ਤਲਵਾਰ ਫੜ ਕੇ ਅਤੇ ਮੇਰੇ 'ਤੇ ਵਾਰ ਕੀਤਾ ਵਾ ਕੋਈ ਨਿਸ਼ਾਨੀ ਮੈਂ ਜ਼ਮੀਨ ਉਹ 2.5 ਕਨਾਲਾ ਬੈ ਲਈ ਆ 2.5 ਕਨਾਲਾ ਦੀ ਮੇਰੇ ਕੋਲ ਰਜਿਸਟਰੀ ਆ ਝੋਨਾ ਲੱਗਾ ਲਗਾਇਆ ਮੇਰਾ ਜਿਹੜਾ ਵਾ ਆਣ ਕੇ ਡੱਕਿਆ ਇਹਨਾਂ ਨੇ ਮੁੰਡੇ ਇਹ ਲੈ ਕੇ ਆਏ ਜੀ ਇਹਨਾਂ ਨੇ ਕਿਤਰਾ ਅਰੇਂਜਮੈਂਟ ਕੀਤਾ ਤਾ ਬੰਦਿਆਂ ਦਾ ਡੱਕਣ ਵਾਸਤੇ ਇਹ ਬੰਦੇ ਲੈ ਕੇ ਇਹਨਾਂ ਲਲਕਾਰਾ ਮਾਰਿਆ ਵਾ ਵੀ ਇਹਨੂੰ ਫੜ ਲਓ ਹੁਣ ਜਾਏ ਨਾ ਇਹਨਾਂ ਨੇ ਆਖਿਆ ਵੀ ਦੀਵਾਲੀ 'ਤੇ ਇਹਨਾਂ ਨੇ ਬੱਚਿਆਂ ਨੇ ਆਉਣਾ ਵਾ ਅਤੇ ਅਸੀਂ ਇਹਨਾਂ ਨੂੰ ਸੱਟਾਂ ਸੱਟਾਂ ਉਹਨਾਂ ਨੂੰ ਵੀ ਲਾਉਣੀਆਂ ਅਤੇ ਇਹਨਾਂ ਵੀ ਲਾਉਣੀਆਂ ਨੇ ਮੈਂ 17 ਸਾਲਾਂ ਤੋਂ ਆਉਣ ਡਿਆ ਵਾਂ ਉਹਨਾਂ ਨੇ ਢਾਹ ਕੇ ਵੱਟ 'ਤੇ ਗਾੜੀ ਝੋਨਾ ਲਾ ਦਿੱਤਾ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਚੱਗੂਵਾਲ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ 2 ਧਿਰਾਂ ਵਿਚਕਾਰ ਖੂਨੀ ਝੜਪ ਹੋਣ ਦੀ ਗੱਲ ਸਾਹਮਣੇ ਆਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਖੂਨੀ ਝੜਪ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਮਹਿਜ਼ 2 ਕਨਾਲਾ ਜ਼ਮੀਨ ਦੀ ਵੰਡ ਨੂੰ ਲੈ ਕੇ ਸ਼ਰੀਕੇ ਭਾਈਚਾਰੇ ਦੇ ਵਿਚਕਾਰ ਇਹ ਲੜਾਈ ਹੋਈ ਅਤੇ ਇੱਕ ਦੂਜੇ ਦੇ ਉੱਪਰ ਹਮਲਾ ਕਰਨ ਦੇ ਆਰੋਪ ਵੀ ਲਗਾਏ ਗਏ ਨੇ ਇਸ ਨਾਲ ਹੀ ਪਰਿਵਾਰ ਨੇ ਜਾਣਕਾਰੀ ਦਿੰਦਿਆਂ ਹੋਇਆਂ ਕਿਹਾ ਕਿ ਉਹਨਾਂ ਦੇ ਵੱਲੋਂ ਪਹਿਲਾਂ ਹੀ ਝੜਪ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਸੀ ਜਿਸ ਦੀ ਸੂਚਨਾ ਉਹਨਾਂ ਦੇ ਵੱਲੋਂ ਪਹਿਲਾਂ ਹੀ ਪੁਲਿਸ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਸੀ ਸੂਚਨਾ ਮੁਤਾਬਕ ਇਸ ਝੜਪ ਦੇ ਵਿੱਚ 2 ਪਰਿਵਾਰਾਂ ਦੇ 3 ਵਿਅਕਤੀ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਕਿ ਸਿਵਲ ਹਸਪਤਾਲ ਵਿੱਚ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਹੈ ਇਸ ਮਾਮਲੇ ਨੂੰ ਲੈ ਕੇ ਜਾਣਕਾਰੀ ਦਿੰਦਿਆਂ ਹੋਇਆਂ ਦੋਹਾਂ ਧਿਰਾਂ ਨੇ ਆਪੋ ਆਪਣੀ ਗੱਲ ਸਾਹਮਣੇ ਰੱਖੀ ਹੈ ਅਤੇ ਇਸ ਵਿਵਾਦ ਬਾਰੇ ਉਹਨਾਂ ਦਾ ਕੀ ਕਹਿਣਾ ਸੀ ਇਹ ਤਾਂ ਤੁਸੀਂ ਆਪ ਹੀ ਸੁਣ ਲਓ ਗੱਲਬਾਤ ਮੈਂ ਆਪਣੀ ਜ਼ਮੀਨ 'ਚ ਝੋਨਾ ਵੱਢਣ ਗਿਆ ਵਾਂ ਅਤੇ ਇਹਨਾਂ ਬੰਦਿਆਂ ਨੇ ਤਲਵਾਰ ਫੜ ਕੇ ਅਤੇ ਮੇਰੇ 'ਤੇ ਵਾਰ ਕੀਤਾ ਵਾ ਅਮਰੀਕ ਸਿੰਘ ਬਾਕੀ ਇਹਨਾਂ ਦੇ ਜਨਾਨੀਆਂ ਕੁਝ ਇਹਨਾਂ ਦੇ ਮੁੰਡੇ ਅਤੇ ਸਾਰੇ ਆਣ ਕੇ ਅਤੇ ਮੈਨੂੰ ਹੱਲਾ ਬੋਲ ਦਿੱਤਾ ਮੇਰੇ 'ਤੇ ਅਤੇ ਮੈਂ ਜੀ ਭੈਣੇ ਨੇ ਗਾੜੀ ਬਾਂਹ ਡਾਈ ਆ ਅਤੇ ਮੇਰੀ ਬਾਂਹ 'ਤੇ ਇਹਨਾਂ ਟੱਪ ਮਾਰ ਦਿੱਤਾ ਵਾ ਇਹ ਕਹਿੰਦੇ ਵੀ ਉਹਦੀ ਜ਼ਮੀਨ ਵਾ ਉਹ ਪਟਵਾਰੀ ਨੇ ਸਾਡੀ ਨਿਸ਼ਾਨਦੇਹੀ ਕੀਤੀ ਸਾਨੂੰ ਦਿੱਤੀ ਹੋਈ ਆ ਇਹ ਆਪਣੀ ਪ੍ਰੂਫ ਦੇਣ ਕੋਈ ਨਿਸ਼ਾਨਦੇਹੀ ਮੈਂ ਜ਼ਮੀਨ ਉਹ 2.5 ਕਨਾਲਾ ਬੈ ਲਈ ਆ 2.5 ਕਨਾਲਾ ਦੀ ਮੇਰੇ ਕੋਲ ਰਜਿਸਟਰੀ ਆ ਝੋਨਾ ਲੱਗਾ ਲਗਾਇਆ ਮੇਰਾ ਜਿਹੜਾ ਵਾ ਆਣ ਕੇ ਡੱਕਿਆ ਇਹਨਾਂ ਨੇ ਡੱਕਣ 'ਤੇ ਬਾ ਉੱਥੇ ਝਗੜਾ ਕੀਤਾ ਮੇਰੇ ਨਾਲ ਇਹਨਾਂ ਨੇ ਇਹ ਕਹਿੰਦੇ ਵੀ ਆਪਣੇ ਰਿਸ਼ਤੇਦਾਰਾਂ ਦੇ ਕਮਾਇਲ ਲੈ ਕੇ ਆਏ ਸੀ ਬੰਦੇ ਵੀ ਇਹ ਲੈ ਕੇ ਆਏ ਸਾਰੇ ਗੁੰਡੇ ਕਹਿੰਦੇ ਇਹ ਲੈ ਕੇ ਆਏ ਬਾਰ ਕੋਈ ਗੁੰਡਾ ਨਹੀਂ ਆਇਆ ਗੁੰਡੇ ਇਹ ਲੈ ਕੇ ਆਏ ਜੀ ਇਹਨਾਂ ਨੇ ਕਿਤਰਾ ਅਰੇਂਜਮੈਂਟ ਕੀਤਾ ਤਾ ਬੰਦਿਆਂ ਦਾ ਡੱਕਣ ਵਾਸਤੇ ਇੱਕ ਭੋਲਾ ਇਹਦਾ ਕਵਲ ਮੁੰਡਾ ਵਾ ਰਣਜੀਤ ਸਿੰਘ ਭੋਲਾ ਇਹ ਬੰਦੇ ਲੈ ਕੇ ਇਹਨਾਂ ਲਲਕਾਰਾ ਮਾਰਿਆ ਵਾ ਵੀ ਇਹਨੂੰ ਫੜ ਲਓ ਹੁਣ ਜਾਏ ਨਾ ਗੱਲਬਾਤ ਜੀ ਇਹ ਪੈਲੀ ਦਾ ਇਸੇ ਦਾ ਝਗੜਾ ਚੱਲਣ ਡਿਆ ਸੀ ਅਤੇ ਅਸੀਂ ਡੀ ਸੀ ਸਾਹਿਬ ਨੂੰ ਵੀ ਦਰਖਾਸਤ ਦਿੱਤੀ ਐਸ ਡੀ ਐਮ ਦੇ ਵੀ ਦਿੱਤੀ ਆ ਐਸ ਐਸ ਪੀ ਦੇ ਵੀ ਦਿੱਤੀ ਆ ਉਹ ਸਾਰੀਆਂ ਅਸੀਂ ਜਿਹੜੀਆਂ ਦਿੱਤੀਆਂ ਸਾਡੀ ਕਿਸੇ ਨੇ ਕੋਈ ਹਜੇ ਤੱਕ ਸੁਣਾਈ ਨਹੀਂ ਕੀਤੀ ਡਿਪਟੀ ਆਪਣੇ ਸਿਟੀ ਡਿਪਟੀ ਨੂੰ ਵੀ ਦਿੱਤੀ ਆ ਉਹਨੇ ਅੱਜ ਸਾਨੂੰ ਤਰੀਕ ਦਿੱਤੀ ਸੀ ਵੀ ਤੁਸੀਂ 26 ਤਰੀਕ 'ਤੇ ਤੁਸੀਂ ਆਇਓ ਅਤੇ ਆਪਣੇ ਜਿਹੜੇ ਸਾਡੇ ਮੁੰਡੇ ਦੇਖਦੇ ਉਹਨਾਂ ਨੇ ਪੈਲੀ ਬੱਧ ਜਬਰਨ ਉਹਨਾਂ ਨੇ ਇੱਕ ਕਰਾ ਲਈ ਆ ਦੂਜੇ ਆਪਣੇ ਪੈਲੀ ਉਹਨਾਂ ਦੀ ਆਪਣਾ ਨਾਂ ਕਰਾ ਗਏ ਸੀ ਉਸ 'ਤੇ ਤਬਾਇਲਾ ਕਰਾਇਆ ਪਟਵਾਰੀ ਨੂੰ ਜ਼ੋਰ ਜ਼ਰ ਪਾ ਕੇ ਅਤੇ ਕੁਛ ਨਹੀਂ ਉਹਨਾਂ ਨੇ ਕੀਤਾ ਅਤੇ ਡਿਪਟੀ ਸਾਹਿਬ ਨੇ ਆਖਿਆ ਸੀ ਵੀ 26 ਤਰੀਕ ਆ ਉਹ ਆਪਣੇ ਗਵਾਹ ਵੀ ਲੈ ਕੇ ਆਉਣ ਅਤੇ ਪਟਵਾਰੀ ਵੀ ਆਵੇ ਅਤੇ ਇਹਨਾਂ ਨੇ ਉਹ ਜਿਹੜਾ ਝਗੜਾ ਸੀ ਅੱਗੇ ਤਾਂ ਇਹਨਾਂ ਨੇ ਕਰ ਦਿੱਤਾ ਸਾਡੇ ਬੱਚੇ ਬਾਹਰ ਸੀ ਇਹਨਾਂ ਨੇ ਆਖਿਆ ਵੀ ਦੀਵਾਲੀ 'ਤੇ ਇਹਨਾਂ ਨੇ ਬੱਚਿਆਂ ਨੇ ਆਉਣਾ ਵਾ ਅਤੇ ਅਸੀਂ ਇਹਨਾਂ ਨੂੰ ਸੱਟਾਂ ਸੱਟਾਂ ਉਹਨਾਂ ਨੂੰ ਵੀ ਲਾਉਣੀਆਂ ਅਤੇ ਇਹਨਾਂ ਵੀ ਲਾਉਣੀਆਂ ਨੇ ਉਹ ਸਾਡੇ ਬੱਚੇ ਅਸੀਂ ਆਖਿਆ ਵੀ ਤੁਸੀਂ ਨਹੀਂ ਗਾ ਆਉਣਾ ਅਸੀਂ ਕੋਈ ਗੱਲ ਨਹੀਂ ਅਤੇ ਉਹ ਕੋਈ ਨਹੀਂ ਆਇਆ ਸਾਡੇ ਬੱਚੇ ਬਾਹਰ ਨੇ ਉਹਦਾ ਵੀ ਇੱਕ ਬੱਚਾ ਬਾਹਰ ਮੇਰੇ ਵੀ 2 ਬੱਚੇ ਬਾਹਰ ਨੇ ਅਸੀਂ ਦੋਵੇਂ ਭਰਾ ਕਰਦੇ ਇੱਥੇ ਕਿੰਨੀ ਜ਼ਮੀਨ ਲੱਗ ਜਾਣਾ ਜ਼ਮੀਨ 2 ਕਨਾਲਾ ਵਾਂ ਧੱਕੇ ਨਾਲ ਉਹਨਾਂ ਨੇ ਸਾਡੀ ਵੱਟ ਮੈਂ 17 ਸਾਲਾਂ ਤੋਂ ਆਉਣ ਡਿਆ ਵਾਂ ਉਹਨਾਂ ਨੇ ਢਾਹ ਕੇ ਵੱਟ 'ਤੇ ਗਾੜੀ ਝੋਨਾ ਲਾ ਦਿੱਤਾ ਇੱਕ ਬੰਨੇ ਮੈਂ ਬੈ ਲਈ ਆ ਉਹਦੇ ਵਿੱਚੋਂ ਵੀ ਇਹ ਮੇਰਾ ਥਾਂ 3-4 ਮਰਲੇ ਥਾਂ ਜਿਹੜਾ ਵਾ ਉਹ ਨਿਕਲਣ ਡਿਆ ਮੇਰਾ ਪਟਵਾਰੀ ਨੇ ਉਹ ਵੀ ਕੱਢ ਕੇ ਉੱਥੇ ਨਿਸ਼ਾਨੀਆਂ ਲਾਈਆਂ ਨੇ ਉਹਦੇ ਵਿੱਚ ਕਮਾਦ ਲਾਇਆ ਇਹਨੇ ਕਮਾਦ ਮਗਰੋਂ ਲਾਇਆ ਜਦੋਂ ਮੈਂ ਬੈ ਲੈਂਦੀ ਉਦੋਂ ਮਗਰੋਂ ਲਾਇਆ ਇਹਨੇ ਦੂਜੀ ਪਾਰਟੀ ਹੈ ਕੌਣ ਦੂਜੀ ਪਾਰਟੀ ਵੀ ਇੱਥੇ ਉਹ ਸਾਡੇ ਸਰੀਕੇ 'ਚ ਸਾਡੇ ਤਾਏ ਚਾਚੇ ਦੇ ਪੁੱਤ ਨੇ ਤੁਹਾਡੇ ਕੀ ਲੱਗਦੇ ਨੇ ਸਾਡੇ ਭਤੀਜੇ ਲੱਗਦੇ ਨੇ ਸਾਡੇ ਬਾਬੇ ਤੋਂ ਥੋੜ੍ਹਾ ਜਿਹਾ ਹਟਵੇਂ ਕਰਕੇ ਇਹ ਜਿਹੜੀ ਜ਼ਮੀਨ ਵਾ 2 ਕਨਾਲਾ ਤੁਹਾਡੇ ਹਿੱਸੇ 'ਚ ਆਉਂਦੀ ਕਿੰਨੇ ਦੇ ਸਾਡੇ ਅਸੀਂ ਮੈਂ 70 ਸਾਲ ਤੋਂ ਮੋਹਣ ਡਿਆ ਮੈਂ ਵੱਟ ਪਈ ਦੀ ਹੈ ਬੰਨੇ 'ਤੇ ਬੂਟਾ ਲੱਗਾ ਵਾ ਉਹਦੇ ਸਾਹਮਣੇ ਇਹ ਝੋਨਾ ਵੱਢਣ ਲੈ ਕੇ ਹੋਈ ਆ ਉੱਥੇ ਲੜਾਈ ਹਾਂ ਉਹਦੇ ਨਿਸ਼ਾਨੀਆਂ ਲੱਗੀਆਂ ਪਟਵਾਰੀਆਂ ਲਾਈਆਂ ਵਿੱਚ ਗੱਡੇ ਆ ਜੇ ਛੋਟੇ ਗੱਡੇ ਦਿਨ ਢਿੰਗਰੀਆਂ ਗੱਡੀਆਂ ਵਿੱਚ ਅਤੇ ਇਹ ਛੋਟਾ ਭਰਾ ਮੈਂ ਇੱਥੇ ਨਹੀਂ ਸੀ ਮੇਰੇ ਤੋਂ ਪਹਿਲਾਂ ਦੋਸਤ ਦੇਣੇ ਨੇ ਜਾ ਕੇ ਅਤੇ ਉੱਥੇ ਨਾ ਬੂਟੇ ਭਾਨ ਪਾਤੀ ਇੱਧਰਲੇ ਬਣੇ ਇਹਨਾਂ ਨੇ ਲਿਆ ਵਾ ਸਾਡੇ ਉਹ ਮੁੰਡੇ ਆ ਸਾਡੇ ਜੇ ਆਪਣੇ ਭਤੀਜੇ ਸਾਡੇ ਲੱਗਦੇ ਚਾਚੇ ਦੇ ਭਰਾ ਦੇ ਪੁੱਤ ਨੇ ਸਾਡੇ ਚਾਚੇ ਦੇ ਪੁੱਤ ਦੇ ਪੋਤਰੇ ਜ਼ਿਕਰਯੋਗ ਹੈ ਕਿ ਇੱਕ ਧਿਰ ਦੇ ਵੱਲੋਂ ਦੂਜੀ ਧਿਰ ਦੇ ਉੱਪਰ ਹਮਲਾ ਕਰਨ ਦੇ ਆਰੋਪ ਲਗਾਏ ਗਏ ਨੇ ਜਦਕਿ ਦੂਜੀ ਧਿਰ ਦੇ ਵੱਲੋਂ ਇਹਨਾਂ ਆਰੋਪਾਂ ਨੂੰ ਸਿਰੇ ਤੋਂ ਨਕਾਰਿਆ ਗਿਆ ਹੈ ਦੂਜੇ ਪਾਸੇ ਦੱਸਿਆ ਜਾ ਰਿਹਾ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕਰਨ ਵਿੱਚ ਜੁਟੀ ਹੋਈ ਹੈ ਗੁਰਦਾਸਪੁਰ ਤੋਂ ਰਵਿੰਦਰ ਸੈਣੀ ਦੀ ਰਿਪੋਰਟ ਚੜ੍ਹਦੀ ਕਲਾ ਟਾਈਮ ਟੀਵੀ